ਦੁਪਹਿਰ ਦੇ ਪੌਣੇ 2 ਵਜੇ ਮਿੱਠੇ ਮਿੱਠੇ ਬੱਦਲਾਂ ਦੇ ਨਾਲ ਆਪਾਂ ਖੜੇ ਆਪਣੀ ਸੜਕ ਤੇ ਜਾਣਾ ਸੀਗਾ ਸਵੇਰੇ ਪਰ ਅੱਜ ਤੁਹਾਨੂੰ ਜਿਵੇਂ ਦੱਸਿਆ ਹਨ ਕਿ ਆਪਣੀ ਨੋਵਾ ਗੱਡੀ ਦੇ ਗਾਹਕ ਲੱਗੇ ਹੋਏ ਆ ਤੇ 1-2 ਕਸਟਮਰ ਆ ਰਹੇ ਸੀਗੇ ਦੇਖਣ ਗੱਡੀ ਨੂੰ ਤੇ ਫਿਰ ਉਹਦੇ ਕਰਕੇ ਆਪਾਂ ਨੂੰ ਰੁਕਣਾ ਪਿਆ ਤੇ ਬਾਹਰ ਮੌਸਮ ਸੁਹਾਵਣਾ ਬਾਈ ਹੁਣ ਪਿੰਡੋਂ ਆਉਂਦੇ ਆ ਮੈਂ ਸੜਕ ਤੇ ਤਾਂ ਖੜਾ ਕਿਉਂਕਿ ਉਹਨਾਂ ਨੂੰ ਲੈ ਕੇ ਜਾਣਾ ਤੇ ਫਿਰ ਉਦੋਂ ਬਾਅਦ ਨਹਾ ਧੋ ਕੇ ਤਿਆਰ ਹੋ ਕੇ ਜਾਣਾ ਆ ਦੂਰ ਵੀ ਬਹੁਤ ਹੈ ਬਾਟ ਆਪਣੀ ਦੂਰ ਦੀ ਆ ਬਸ ਸ਼ੀਸ਼ਾ ਕੰਮ ਕਰਕੇ ਲਵਾਇਆ ਆ ਪੈਂਟ ਬਾਈ ਜੀ ਧੋਰੀ ਲੈ ਕੇ ਆਏ ਸੀਗੇ ਘੈਂਟ ਚੀਜ਼ ਵੈਸੇ ਖੁੱਲੀ ਜੀ ਨਿਆਰੇਦਾਰ ਤੇ ਆਪਾਂ ਰੈਡੀ ਹੋ ਗਏ ਜੋਤ ਵੀ ਉੱਧਰ ਰੈਡੀ ਆ ਤਕਦੀਰ ਵੀ ਰੈਡੀ ਆ ਸਮਾਨ ਵੀ ਸਾਡਾ ਰੈਡੀ ਆ ਸੋ ਗੱਡੀ 'ਚ ਰੱਖੀਏ ਬੰਦੇ ਆ ਦੇਖ ਵਿੱਚ ਵੜ ਕੇ ਬਹਿ ਗਿਆ ਲੈ ਹੋਰ ਚੱਲ ਬਾਏ ਕਰ ਦੇ ਬਾਏ ਬਾਏ ਫੇਰ ਕਰਿਆ ਕਰ ਬਾਏ ਚੱਲ ਕੋਈ ਮਾੜੀ ਜ਼ੋਰ ਨਾ ਲਾ ਚਲੋ ਠੀਕ ਹੈ ਜੀ ਚੱਲ ਕੋਈ ਨਹੀਂ ਦੀ ਪਾਪਾ ਲੱਗ ਗਈ ਲੱਗ ਗਈ ਉਹ ਚਾਬੀ ਬਾਹਰ ਕਰਕੇ ਕਰਦੀ ਹੈ ਤਾਂ ਪਹੁੰਚ ਕੇ ਕਰਦਾ ਫੋਨ ਓਕੇ ਚਲੋ 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 ਜੀ ਵਾਹਿਗੁਰੂ ਸੱਚਿਆ ਪਾਤਸ਼ਾਹ ਆਪਾਂ ਜਿਹੜੇ ਆ ਲੇਟ ਹੋਣ ਦਾ ਕਾਰਨ 4:15 ਹੋ ਗਏ ਆਪਣੇ ਸ਼ੁਰੂ ਹੋਣ ਤੋਂ ਤੇ ਬੜੀ ਵੀ ਕੋਸ਼ਾ ਪੂਰਾ ਕਿਉਂਕਿ ਬਹੁਤ ਦਿਨਾਂ ਬਾਅਦ ਬੜੀ ਨੂੰ ਨਾਲ ਲੈ ਕੇ ਚੱਲੇ ਆ ਤੇ ਪਹਿਲਾਂ ਬੜੀ ਜਾਨ ਨਿਕਲੀ ਪਈ ਸੀ ਵੀ ਕਿਤੇ ਅੱਜ ਫੇਰ ਨਾ ਛੱਡ ਜਾਣ ਤੇ ਤਕਦੀਰ ਦੇ ਦਾਦੇ ਨੇ ਕਿੰਨੇ ਦਿੱਤੇ 50 ਰੁਪਏ ਦਾਦੇ ਦਿੱਤੇ 50 ਰੁਪਏ ਤਕਦੀਰ ਦੇ ਦਾਦੇ ਨੇ 50 ਰੁਪਏ ਦਿੱਤੇ ਵੀ ਬਹੁਤ ਕੋਈ ਚੀਜ਼ੀ ਲੈ ਲਈ ਹਜੇ ਚੀਜ਼ੀ ਲੈਣ ਵਾਲੀ ਹੋਈ ਨਹੀਂ ਤੇ ਚਲੋ ਤੇ ਇੱਕ ਜਿਹੜਾ ਆ ਤੂੰ 4:15 ਨਿਕਲ ਗਏ ਤੇ ਲੇਟ ਬਹੁਤ ਜ਼ਿਆਦਾ ਹੋ ਗਈ ਗੱਡੀ ਜਾਣਾ ਖਿੱਚ ਕੇ ਚਲਾਉਣੀ ਪਊਗੀ ਤਰਸੇ ਅੱਖੀਆਂ ਵਰਸਦੀਆਂ ਨਹੀਂ ਜਾਣੀ ਸੇਵੀਆਂ ਲੈ ਕੇ ਜਾਣੀਆਂ ਸਾਡੀ ਹੁੰਦੀ ਡਿਊਟੀ ਜੀ ਚਿੱਟਾ 2 ਕਿਲੋ ਵਾਲਾ ਹੀ ਆ ਸੇਵੀਆਂ ਲੈ ਲਈਆਂ ਆਪਾਂ 150 ਰੁਪਏ ਕੀਆਂ ਲੈ ਲਈਆਂ ਸੇਵੀਆਂ 150 ਰੁਪਇਆ ਦੇ ਕਰ 150 ਪੰਜ ਗ੍ਰਾਈਂ ਤੋਂ ਮਿਲਦੀਆਂ ਸੇਵੀਆਂ ਬਹੁਤ ਵਾਰੀ ਦੱਸਿਆ ਹਾਂ ਖੁੱਲੀਆਂ ਆਣੀਆਂ ਤੇ ਇਹ 100 ਦੀਆਂ 2 ਕਿਲੋ ਦੇ ਦਿੰਦੇ ਹੁੰਦੇ ਆ ਤੇ ਉਧਰ ਤੁਹਾਨੂੰ ਪਤਾ ਵੀ ਉਧਰ ਬਣਾਉਂਦੇ ਬਣਾਉਂਦੇ ਨੇ ਮਾਸੀ ਵਰਗੇ ਫਿਰ ਕਹਿ ਦਿੰਦੇ ਨੇ ਵੀ ਜਦੋਂ ਆਉਂ ਤੇ ਲੈ ਆਇਆ ਕਰੋ ਮਾਸੀ ਨੇ ਤਾਂ ਪਹਿਲੀ ਵਾਰ ਮਾਸੀ ਨੇ ਵੈਸੇ ਪਹਿਲੀ ਵਾਰ ਮੰਗਾਈਆਂ ਤਾਈ ਮੰਗਾਉਂਦੀ ਹੁੰਦੀ ਆ ਸੋਚਦੀ ਸੀ ਮੈਂ ਕਿ ਉਹਨੇ ਲੈ ਲਈਏ 50 ਉਹਨੇ ਕਿਹਾ ਸੀ ਤਾਈ ਨੇ ਸੱਚ ਇੱਕ ਪੈਕਟ ਹੋਰ ਦੇ ਦਿਓ ਜੀ 100 ਦਾ ਬਣਦਾ ਯਾਰ ਫਿਰ ਐ ਮਾੜਾ ਮੋੜਾ ਤਾਂ ਖਿਆਲ ਰੱਖਣਾ ਹੀ ਪੈਂਦਾ ਹੈ ਕਿਉਂ 250 ਦੇ ਠੀਕ ਹੈ ਜੀ 250 ਮੋੜਦਾ ਤੁਹਾਨੂੰ ਲੈ ਆਵੇ ਬਰਗਰ ਆ ਜਾਂ ਨਿਕਲ ਲੈ ਨੇ ਬੜੀ ਜਦੋਂ ਕੋਈ ਖਾਣ ਵੀ ਨਹੀਂ ਦਿੰਦਾ ਯਾਰ ਸਾਨੂੰ ਭੁੱਖ ਬਹੁਤ ਲੱਗੀ ਸੀ ਸਾਨੂੰ ਸੋ ਵੈਜੀ ਬਰਗਰ ਆ ਗਏ ਮੇਰਾ ਤਾਂ ਮਹਿੰਗਾ ਦਿੱਤਾ ਚਲੋ ਬੇੜੇ ਦੇ ਕੰਮ ਤੇ ਕਵੇੜੇ ਦੀਆਂ ਟੱਕਰਾਂ ਸੋ ਲੇਟ ਹੁੰਦੇ ਹੁੰਦੇ 6:30 ਹੋ ਗਏ ਸਾਨੂੰ ਅਸੀਂ ਨਕੋਦਰ ਪਹੁੰਚਣਾ ਨੇ ਵੈਸੇ ਫਿਰ ਤਾਂ ਪਹੁੰਚ ਹੀ ਚੱਲੇ ਜਿੱਥੇ ਅਸੀਂ ਜਾਣਾ ਸੀਗਾ ਪਤਾ ਲੱਗੇ ਗਿਆ ਹੁਣ ਉਹਦਾ ਨਕੋਦਰ ਤੋਂ ਸਾਰਿਆਂ ਨੂੰ ਗੈਸ ਹੋ ਗਈ ਤੋਂ ਗੈਸ ਹੋ ਗਈ ਪਰ ਦੱਸਿਆ ਹੀ ਨਹੀਂ ਪਰ ਸਾਡਾ ਇਹ ਸਾਡਾ ਰਾਹ ਵਾਲਾ ਸਟਾਪ ਆ ਇਹ ਜਿਹੜਾ ਨਕੋਦਰ ਹੈ ਨਾ ਇਹ ਸਾਡਾ ਰਾਹ ਵਾਲਾ ਸਟਾਪ ਆ ਹਰ ਇੱਕ ਜਗ੍ਹਾ ਹੁੰਦਾ ਸਾਡੇ ਕੋਲ ਸਟਾਪ ਹੈਗੇ ਆ ਚੁੱਪੀ ਤੱਕ ਸਾਡੇ ਕੋਲੇ ਯੂਪੀ ਤੱਕ ਦੇ ਸਟਾਪ ਹੈਗੇ ਆ ਅਸੀਂ ਕਿੱਥੇ ਰਹਿਣਾ ਹਾਂ ਤੇ ਬੜੀ ਨਾ ਇਹ ਖੜਾ ਆ ਦੇਖੋ ਗੱਡੀ ਚਲਾ ਰਿਹਾ ਜੋਤ ਕਹਿੰਦੀ ਵੀ ਤੂੰ ਐ ਕਰ ਤੂੰ ਮੂਰੇ ਆ ਜਾ ਤੇ ਮੈਂ ਤੇ ਤਕਦੀਰ ਪਿੱਛੇ ਬਹਿ ਜਾਨੀ ਆ ਤੇ ਵੀ ਤੂੰ ਮਤਲਬ ਜਿੱਦਾਂ ਮੂਰੇ ਦੇਖ ਲਾ ਹੁਣ ਲੁੱਕ ਗਿਆ ਹੁਣ ਮੇਰੇ ਮੋਢੇ ਵੀ ਥੱਲੇ ਦੇਖ ਕੇ ਵੇਖ ਇਹ ਸ਼ਰਮਾ ਗਿਆ ਜਿੱਦਾਂ ਉਹ ਨਹੀਂ ਹੁੰਦਾ ਕੀ ਕਹਿੰਦੇ ਹੁੰਦੇ ਆ ਡਰਾਈਵਰ ਸੀਟ ਦੇ ਨਾਲ ਕਨੈਕਟਰ ਪੂਰੀ ਕਨੈਕਟਰੀ ਕਰ ਰਿਹਾ ਬੜੀ ਲੋ ਜੀ ਪਹੁੰਚ ਗਏ ਤਕਦੀਰ ਦੇ ਚਮਨਾਨਕੇ ਜੋਤ ਦੇ ਨਾਨਕੇ ਤਕਦੀਰ ਦੇ ਕੀ ਲੱਗੇ ਚਮਨਾਨਕੇ ਚਮਨਾਨਕੇ ਲੱਗੇ ਯਾਰ ਇੱਥੇ ਕੀ ਹੈ ਅੱਛਾ ਇਸ ਪਿੰਡ ਦੇ ਵਿੱਚ ਸਾਡੇ ਸਬਸਕ੍ਰਾਈਬਰ ਬਹੁਤ ਸਾਡੇ ਚਾਹਣ ਵਾਲੇ ਬਹੁਤ ਜ਼ਿਆਦਾ ਆ ਉਹ ਕੁੜੀ ਕਵੇ ਕਵੇ ਕਹਿੰਦੀ ਮੈਂ ਕਿਤੇ ਨਹੀਂ ਦੱਸਦੀ ਇੰਸਟਾਗ੍ਰਾਮ ਤੇ ਵੀ ਨਹੀਂ ਦੱਸਦੀ ਪਲੀਜ਼ ਤੁਸੀਂ ਮੈਨੂੰ ਦੱਸੋ ਚੱਲਿਆ ਨੇ ਕੀ ਹੋਇਆ ਫੇਰ ਕੋਈ ਹੈਗਾ ਆ ਨਾ ਉਹ ਦੇਖ ਸਾਰਾ ਟੱਬਰਿਆ ਉਹ ਦੇਖ ਲੈ ਕੱਢ ਗਿਆ ਮੱਖੀ ਆਉਂਗੋ ਦੇਖਿਓ ਕਿੱਦਾਂ ਪੈਂਦੇ ਸਾਰੇ ਚਲ ਮਾੜਾ ਸ਼ੀਸ਼ਾ ਲਾ ਆਪਾਂ ਗਾਂ ਕਰਦੇ ਹਾਂ ਗੱਡ ਕਿੱਦਾਂ ਸਾਰਾ ਟੱਬਰ ਮੱਖੀ ਸਤਿ ਸ੍ਰੀ ਅਕਾਲ ਜੀ ਫੇਰ ਲੈ ਨਹੀਂ ਆਈਆਂ ਸੀ ਹਾਂ ਹਾਂ ਮੇਰੇ ਕੋਲ ਆ ਗਿਆ
ਇੱਥੋਂ ਹੀ ਦੇਖ ਲਓ ਗੱਡੀ 'ਚ ਅਸੀਂ ਚੱਲੇ ਆ ਜਲੰਧਰ। डड्डी दी मां नूं कोई नहीं पुछदा, उत्ते डड्डी डड्डी होई पई आ। शुकर मेरा भी चेता आया किसे नूं, शुकर शुकर मेरा भी चेता आया। हां दे लो अगे मेनू, अगे मेरा ही मेरे लिए इदा फौजा खड़ी होंदी सी, मेनू कोई पुछदा ही नहीं। रोटियां रोटियां एक बंदा तो नठे गया रोटियां बनाउंदा बनाउंदा, बाकी होर बाकी कर्मचारी भी ना नठ जान। मामी ले आ थल्ले, मेनू रोटियां थलन ला। तेन खौफ नहीं है? इन्ना क फायदा हो जाता भी असि थोड़ा लेट हो गए, इन्हां नूं रोटी पहला मिल गई। तकदीर आली च पाके दई है, तकदीर आली च पी ला, पी के तो देख सुना दे। मामी नू अगली शॉट असि हम असि भैन भरा गप्पी बनाई सी, हुण असि मामी गप्पण बनावांगे। मैनू कहंदी मामी कहंदी कोल दी ना गया, मैं कहा वी जां तां मामी ओले हले खड़ी होऊंगी। मुगल तो इधर आ गया, मुगल तो मेन मामा है, कुड़ी नहीं चक्कर दी तेन है, गुस्से होया बैठा। एक कहता कुड़ी तो चक्कर नहीं दी किसी ने, मेनू मामा मामा करी जाने ते ਡਰਾ ਦਿੰਦਾ। ਸਾਡੀਆਂ ਸ਼ਕਲਾਂ ਦੇਖ ਕੇ ਕੀ ਪਈ ਆ, ਨਹੀਂ ਲੱਗ ਗਿਆ ਉਹਦੇ ਨਾਲ। ਮਾਮੀ ਦਿਖਾਈ ਲਫਾਫਾ, ਇਹ ਨਹੀਂ ਲੱਗੂ ਕੋਈ ਹੈ ਲੱਗੂ ਹੈ ਲਫਾਫਾ, ਨਹੀਂ ਨਹੀਂ ਦੋਨਾਂ ਦੀ ਸ਼ਕਲ ਇੱਕੋ ਜਿਹੀ ਲੱਗਦੀ ਹੈ, ਦੱਸੋ ਦੋਨੇ ਜਣੀਆਂ ਕੀ ਲੱਗਦੀਆਂ, ਇਹਨਾਂ ਦਾ ਰਿਸ਼ਤਾ ਕੀ ਆ? ਇੱਕ ਮਿੰਟ ਆਪਸ ਵਿੱਚ ਬੋਲਣਾ ਪਾਣੀ ਮੰਗਿਆ ਅੰਕਲ ਕੋ ਛਣ ਖਲਾਫਾ। ਨਹੀਂ ਮਾਮੀ ਛੋਟੀ ਹੁੰਦੀ ਕੜੀ ਚ ਡਿੱਗੀ ਸੀ, ਕੁਛ ਨਹੀਂ ਹੋਇਆ, ਪਰਸੋਂ ਹੱਥ ਤੇ ਕੁੱਕਰ ਲੱਗ ਕੇ ਤਾਂ ਐਡਾ ਛਾਲਾ ਪੈ ਗਿਆ, ਰੱਜ ਦੀ ਕੜੀ ਚ ਡਿੱਗਿਆ ਬੰਦਾ ਬਚ ਗਿਆ, ਕੁੱਕਰ ਨਾਲ ਛਾਲਾ ਲੱਗ ਗਿਆ, ਕਿੱਦਾਂ ਹੋ ਸਕਦਾ? ਪਰਦੇ ਕਦੋਂ ਲਾਏ ਮਾਮੀ? ਮਾਮੀ ਹੱਸ ਹੱਸ ਉੱਦਾਂ ਹੀ ਉੱਦਾਂ ਹੀ ਉੱਦਾਂ ਹੀ ਹੱਸ ਕੀ ਮੁਗਲ मामी सारा स्पेयर पार्ट कढ़ाउंदी है ना पहला। हाँ जी, किदां लगा जी दा व्लॉग कमेंट करके जरूर दस्सो, मिलदे नवे व्लॉग दे नाल। तो अज आप चानिया आए थे चानिया, क्योंकि कल नूं हैगा प्रोग्राम इन्हां दे सवेरे सवेरे, तो उस तों बाद आप अगे जाना तकदीर दे नानके, तो फिर उदू बाद लगातार 5-6 दिन जिहड़ा आप इधर ही रहना है। सो सारयां नूं मिल के जाना है, क्योंकि इस बारी आप आए हैं, क्योंकि पिछली बार जिहड़ा आ भी 1.5 महीने बाद तकदीर ने सिर्फ आपदे जिहड़ा आ किसी के घर नहीं जाना सीगा किसी भी, है ना। सो आपदे दादके ही जा, मतलब जे दादके बच्चा होया तां पहला नानके ही जांदा हुंदा, जे नानके होया तां फिर पहला दादके ही जाऊगा। सो
ਉਹਦੇ ਕਰਕੇ ਇਸ ਵਾਰੀ ਜਿਹੜਾ ਆ ਹੁਣ ਵੀ ਮਤਲਬ ਜਿੰਨੇ ਵੀ ਆਪਣੇ ਸਾਰੇ ਇੱਧਰਲੇ ਪਾਸੇ ਰਿਸ਼ਤੇਦਾਰ ਜਾਂ ਮਤਲਬ ਦੋਸਤ ਮਿੱਤਰ ਹੈਗੇ ਆ ਨਾ, ਸੋ ਸਾਰਿਆਂ ਨੇ ਇਨਵਾਈਟ ਕੀਤਾ ਹੋਇਆ ਤਕਦੀਰ ਨੂੰ ਆਪਦੇ ਆਪਦੇ ਘਰ, ਸੋ ਆਪਾਂ ਤਕਦੀਰ ਨੂੰ ਲੈ ਕੇ ਜਾਣਾ ਅਤੇ ਇੱਦਾਂ ਹੀ ਤਕਦੀਰ ਦਾ ਮਤਲਬ ਸਾਰੇ ਕਿਤੇ ਹੈ ਨਾ, ਅਤੇ ਇੱਕ ਦੋ ਵਿਆਹ ਵੀ ਆ, ਵਿਆਹ ਵੀ ਜਾਣਾ ਹੈ, ਅਤੇ ਫਿਰ ਇੱਕ ਫੰਕਸ਼ਨ ਲਈ ਸ਼ੋਪਿੰਗ ਵੀ ਕਰਨੀ ਆ, ਅੱਗੇ ਆਪਾਂ ਨੂੰ ਇੱਕ ਬਹੁਤ ਘੈਂਟ ਫੰਕਸ਼ਨ ਆ ਰਿਹਾ ਉਹਦੇ ਲਈ ਆਪਾਂ ਸ਼ੋਪਿੰਗ ਕਰ, ਮੈਂ ਵੀ ਲੁਧਿਆਣੇ ਕੱਪੜੇ ਸਮਾਉਣੇ ਆ ਆਪਦੇ ਲਈ, ਸੋ ਬਹੁਤ ਕੰਮ ਆ, ਇਸ ਕਰਕੇ ਆਪਾਂ ਇਹਦੇ ਸਾਈਡ ਆਏ ਹਾਂ। ਅਤੇ ਬਾਕੀ ਹਜੇ ਤਾਂ ਹੀ ਮੈਂ ਤੁਹਾਨੂੰ ਉੱਤੇ ਕਿਹਾ ਸੀ ਵੀ ਦੋ ਹਫ਼ਤੇ ਜਿਹੜੀ ਹੁਣ ਆਪਣੀ ਸ਼ੂਟਿੰਗ ਬੰਦ ਆ ਆ ਕੇ ਕਰਾਂਗੇ, ਅਤੇ ਬਾਕੀ ਬਹੁਤ ਜ਼ਿਆਦਾ ਸਪੋਰਟ ਦਿਖਾਈ ਤੁਸੀਂ ਉਸ ਚੈਨਲ ਨੂੰ, ਬਹੁਤ ਬਹੁਤ ਥੈਂਕ ਯੂ। ਅਤੇ ਆਪਣੀ ਇੱਕ ਵੀਡੀਓ 1 ਲੱਖ ਵਿਊ ਤੋਂ ਪਾਰ ਹੋ ਚੁੱਕੀ ਹੈ 2 ਹਫ਼ਤੇ ਦੇ ਵਿੱਚ, ਸੋ ਬਹੁਤ ਜ਼ਿਆਦਾ ਖੁਸ਼ੀ ਆ ਕਿ ਤੁਸੀਂ ਇੰਨਾ ਪਿਆਰ ਅਤੇ ਇੰਨੀ ਸਪੋਰਟ ਦਿਖਾ ਰਹੇ ਹੋ, ਅਤੇ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਉਹਦੇ ਲਈ। ਅਤੇ ਬਾਕੀ ਮਿਲਦੇ ਨਵੇਂ ਵਲੌਗ ਦੇ ਨਾਲ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਕੇ।